ਤਿੰਨ ਜਾਣੇ ਆਉਂਦੇ ਆ, ਇੱਕ ਜਾਣਾ ਲੱਭੀ 'ਚ ਖੜਾ ਹੋ ਗਿਆ, ਦੋ ਜਾਣੇ ਜਿਹੜੇ ਸੀਗੇ ਉਹਨਾਂ ਆਣ ਕੇ ਭੰਨ ਤੋੜ ਸ਼ੁਰੂ ਕਰ ਦਿੱਤੀ ਆ। ਭੰਨ ਤੋੜ ਕੇ ਮਤਲਬ ਡਰੈਸਿੰਗ ਟੇਬਲ ਨੂੰ ਪਹਿਲਾਂ ਉਹਨਾਂ ਆਣ ਕੇ ਸੁੱਟਿਆ, ਫਿਰ ਉਹਨਾਂ DVR ਲਾਏ ਆ, ਕੈਮਰਾ ਤੋੜਿਆ, LCD ਵੀ ਤੋੜ ਦਿੱਤੀ, ਫਿਰ ਉਹਨਾਂ ਨੇ ਜੋ ਵੀ ਫਰਿੱਜ ਦੇ ਵਿੱਚ ਸਮਾਨ ਸੀਗਾ ਖਾਣ ਪੀਣ ਵਾਲਾ ਉਹ ਸਾਰਾ ਰਸੋਈ ਦੇ ਵਿੱਚ ਉਹ ਖਿਲਾਰ ਕੇ ਚਲੇ ਗਏ। ਬਾਹਰ ਨਿਕਲੇ ਹੀ ਦਰਵਾਜ਼ੇ ਤੋਂ ਅਤੇ ਉਹਨਾਂ 'ਚ ਉਹਨੂੰ ਘਰੋਂ ਫੋਨ ਚੱਲ ਗਿਆ ਵੀ ਇੱਦਾਂ ਇੱਦਾਂ ਤਿੰਨ ਮਤਲਬ ਆਣ ਪਛਾਤੇ ਬੰਦੇ ਆਏ ਆ ਅਤੇ ਘਰ ਦੀ ਤੋੜ ਭੱਜ ਕਰ ਗਏ, ਚਲ ਗਏ ਅਸਮਾਨ। ਅੱਜ ਪੰਚਾਇਤੀ ਚੋਣਾਂ ਦੀ ਨੋਮੀਨੇਸ਼ਨ ਦਾ ਆਖਰੀ ਦਿਨ ਸੀ ਅਤੇ ਇਸ ਆਖਰੀ ਦਿਨ ਪਿੰਡ ਖਹਿਰਾ ਕਲਾਂ ਜੋ ਕਿ ਬਲਾਕ ਫਤਿਹਗੜ੍ਹ ਚੂਣੀਆਂ ਅਧੀਨ ਪੈਂਦਾ ਹੈ, ਇਸ ਪਿੰਡ ਦਾ ਇੱਕ ਹਰਦੀਪ ਸਿੰਘ ਵਿਅਕਤੀ ਜੋ ਕਿ ਆਪਣੇ ਮੈਂਬਰ ਪੰਚਾਇਤ ਲਈ ਫਤਿਹਗੜ੍ਹ ਚੂੜੀਆਂ ਕਾਗਜ਼ ਦਾਖਲ ਕਰਨ ਗਿਆ ਸੀ ਅਤੇ ਉਸਦੇ ਮਗਰੋਂ ਉਸਦੀ ਪਤਨੀ ਖਹਿਰਾ ਕਲਾਂ ਦੇ ਵਸਨੀਕ ਹਨ ਅਤੇ ਪਿੰਡ ਦੇ ਬਾਰ ਬਾਰ ਇੱਕ ਡੇਰੇ 'ਤੇ ਰਹਿੰਦੇ ਹਨ, ਉਹ ਘਰ ਇਕੱਲੀ ਸੀ ਅਤੇ ਇਸ ਇਕੱਲਿਆਂ ਦੌਰਾਨ ਤਿੰਨ ਨੌਜਵਾਨ ਜੋ ਮੂੰਹ ਬੰਨੇ ਹੁੰਦੇ ਆ ਉਹਨਾਂ ਨੇ ਅਤੇ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਅਤੇ ਦਾਤਰ ਅਤੇ ਪਿਸਟਲ ਹੁੰਦਾ ਹੈ ਅਤੇ ਉਹ ਉਹਨਾਂ ਦੇ ਘਰ ਦਾਖਲ ਹੋ ਕੇ ਘਰ ਦੀ ਭੰਨ ਤੋੜ ਕਰਦੇ ਆ। DVR ਵੀ ਆਪਣੇ ਨਾਲ ਲੈ ਜਾਂਦੇ ਅਤੇ ਘਰ ਦੀ ਭੰਨ ਤੋੜ ਕਰਨ ਤੋਂ ਬਾਅਦ ਜਾਂਦੇ ਹੋਏ ਜਿਹੜੀ ਘਰ ਇਕੱਲੀ ਔਰਤ ਸੀ ਉਸਨੂੰ ਇਹ ਧਮਕੀ ਵੀ ਦੇ ਜਾਂਦੇ ਆ ਕਿ ਅਗਰ ਉਹਨਾਂ ਨੇ ਕੋਈ ਕਾਰਵਾਈ ਕੀਤੀ ਤਾਂ ਉਹਨਾਂ ਦੇ ਮੁੰਡੇ ਨੂੰ ਖਤਮ ਕਰ ਦਿੱਤਾ ਜਾਵੇਗਾ। ਅਤੇ ਇਹ ਪਿੰਡ ਘਰ ਵਾਲਿਆਂ ਦਾ ਕਥਿਤ ਤੌਰ 'ਤੇ ਦੋਸ਼ ਹੈ ਕਿ ਪੰਚਾਇਤੀ ਚੋਣਾਂ 'ਚ ਉਹਨਾਂ ਨੂੰ ਮੈਂਬਰੀ ਦੇ ਕਾਗਜ਼ ਡੱਕਣ ਦੀ ਸੂਰਤ ਵਿੱਚ ਜਿਹੜੇ ਆ ਉਹਨਾਂ ਉੱਪਰ ਅੱਜ ਇਹ ਜਿਹੜਾ ਹਮਲਾ ਕਰਾਇਆ ਗਿਆ ਹੈ ਅਤੇ ਉਹਨਾਂ ਦੇ ਮਨਾਂ ਵਿੱਚ ਦਹਿਸ਼ਤ ਦੇ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ। ਭਾਅ ਜੀ, ਮੈਂ ਇੱਕ ਤਰ੍ਹਾਂ ਆਪਣੀ ਲੋਬੀ ਦੇ ਵਿੱਚ ਮੈਡੀਸਨ ਖਾਣ ਡਈ, ਮੈਨੂੰ ਨਹੀਂ ਪਤਾ ਲੱਗਾ ਵੀ, ਅਤੇ ਮੇਨ ਗੇਟ ਸਾਡਾ ਬੰਦ ਸੀਗਾ ਜਿਹੜਾ ਛੋਟੇ ਵਾਲਾ ਗੇਟ, ਉਸ ਥਾਂ ਨਹੀਂ ਆਏ ਆ। ਤਿੰਨ ਜਾਣੇ ਆਉਂਦੇ ਆ, ਇੱਕ ਜਾਣਾ ਲੋਬੀ 'ਚ ਖੜਾ ਹੋ ਗਿਆ, ਦੋ ਜਾਣੇ ਜਿਹੜੇ ਸੀਗੇ ਉਹਨਾਂ ਆਣ ਕੇ ਭੰਨ ਤੋੜ ਸ਼ੁਰੂ ਕਰ ਦਿੱਤੀ ਆ। ਭੰਨ ਤੋੜ ਕੇ ਮਤਲਬ ਡਰੈਸਿੰਗ ਟੇਬਲ ਨੂੰ ਪਹਿਲਾਂ ਉਹਨਾਂ ਆਣ ਕੇ ਸੁੱਟਿਆ, ਫਿਰ ਉਹਨਾਂ DVR ਲਾਏ ਆ, ਕੈਮਰਾ ਤੋੜਿਆ, LCD ਵੀ ਤੋੜ ਦਿੱਤੀ, ਫਿਰ ਉਹਨਾਂ ਨੇ ਜੋ ਵੀ ਫਰਿੱਜ ਦੇ ਵਿੱਚ ਸਮਾਨ ਸੀਗਾ ਖਾਣ ਪੀਣ ਵਾਲਾ ਉਹ ਸਾਰਾ ਰਸੋਈ ਦੇ ਵਿੱਚ ਉਹ ਖਿਲਾਰ ਕੇ ਚਲੇ ਗਏ। ਫਿਰ ਜਾਣ ਕੇ ਆਉਣ ਲੱਗੇ ਤਾਂ ਮੰਜੀ 'ਤੇ ਮੇਰਾ ਫੋਨ ਪਿਆ ਸੀਗਾ, ਇੱਕ ਦਾਤਰ ਉਹਨਾਂ ਤੋੜ ਮਾਰ ਕੇ ਮੇਰਾ ਫੋਨ ਤੋੜ ਦਿੱਤਾ ਵਾ। ਬਾਅਦ ਵਿੱਚ ਜਾਣ ਲੱਗੇ ਕਹਿ ਗਏ ਕਿ ਜੇ ਤੂੰ ਮਤਲਬ ਰੌਲਾ ਪਾਏਗੀ, ਜੇ ਤੂੰ ਪੁਲਿਸ ਨੂੰ ਰਿਪੋਰਟ ਕੀਤੀ ਕਿਸੇ ਜੀਵੇ ਵੀ, ਅਤੇ ਜੋ ਵੀ ਤੁਹਾਡਾ ਬੇਟਾ ਵਾ ਉਹਦਾ ਤੁਸੀਂ ਖਫਣ ਤਿਆਰ ਰੱਖਿਓ ਅਤੇ ਅਸੀਂ ਫਿਰ ਆਵਾਂਗੇ ਅਤੇ ਫਿਰ ਵੇਖਿਓ ਕਿ ਅਸੀਂ ਕੀ ਕਰ ਸਕਦੇ ਹਾਂ। ਇੰਨੀ ਗੱਲ ਕਹਿ ਕੇ ਭਾਅ ਜੀ ਉਹ ਚਲ ਗਏ ਆ। ਬਾਅਦ ਵਿੱਚ ਮੈਂ ਦੋ ਤਿੰਨ ਮਿੰਟ ਆਪਣੀ ਲੋਬੀ ਦੇ ਵਿੱਚ ਬੈਠੀ ਰਹੀ ਕਿ ਮੈਨੂੰ ਘਬਰਾਹਟ ਜੀ ਹੋਣ ਲੱਗ ਗਈ। ਫਿਰ ਮੈਂ ਆਪਣੇ ਜੇਠ ਦੇ ਘਰ ਗਈ, ਇਹਨਾਂ ਨੂੰ ਮੈਂ ਜਾ ਕੇ ਦੱਸਿਆ ਵਾ, ਮੈਂ ਬੇਟੀ ਨੂੰ ਜਾ ਕੇ ਦੱਸਿਆ, ਭਾਅ ਜੀ ਹਵੇਲੀ ਵਿੱਚ ਸੀਗੇ, ਅਤੇ ਮੈਂ ਬੇਟੀ ਨੂੰ ਜਾ ਕੇ ਦੱਸਿਆ, ਮੈਂ ਬੇਟੀ ਅਸ਼ਨ ਭੀਆ ਆਪਣੇ ਚਾਚਾ ਜੀ ਨੂੰ ਫੋਨ ਕਰਕੇ ਅਤੇ ਦੱਸ ਵੀ ਆਹ ਕੁਛ ਹੋ ਗਿਆ ਵਾ,
ਤੇ ਤੁਸੀਂ ਘਰ ਆ ਜਾਓ। ਉਹਨੇ ਚਲੋ ਇਹਨਾਂ ਨੂੰ ਫੋਨ ਕਰਕੇ ਦੱਸਿਆ, ਇਹਨਾਂ ਨੇ ਫਿਰ ਮਤਲਬ 10-15 ਮਿੰਟ ਬਾਅਦ ਘਰ ਆ ਗਏ ਆ। ਕਿੰਨੇ ਜਾਣੇ? 3 ਜਾਣੇ ਸੀਗੇ। ਸਿਲਵਰ ਕਲਰ ਦਾ ਸੀਗਾ ਮੋਟਰਸਾਈਕਲ ਤੇ ਸੀਗੇ। ਹਾਂਜੀ, ਮੂੰਹ ਬੰਨੇ? ਹਾਂਜੀ, ਮੂੰਹ ਕਵਰ ਕੀਤੇ, ਉੱਪਰ ਦੀ ਇਹਨਾਂ ਨੇ ਪਰਨਿਆਂ ਦੀਆਂ ਬੁੱਕਲਾਂ ਮਾਰੀਆਂ ਸੀਗੀਆਂ। ਕਿਹੜੇ ਹਥਿਆਰ ਕੀ ਸੀ ਉਹਨਾਂ ਕੋਲ? ਇੱਕ ਕੋ ਦਾਤਰ ਸੀਗਾ ਤੇ ਜਿਹੜਾ ਲੋਬੀ ਦੇ ਦਰਵਾਜ਼ੇ ਵਿੱਚ ਖੜਾ ਸੀਗਾ ਉਹਦੇ ਕੋਲ ਪਿਸਟਲ ਸੀਗਾ। ਹਾਂਜੀ, ਇੱਕ ਖਾਲੀ ਹੱਥ? ਹਾਂਜੀ, ਇੱਕ ਖਾਲੀ ਹੱਥ ਸੀਗਾ। ਤੇ ਜਿਹੜੀ ਭੰਨਤੋੜ ਕੀਤੀ ਉਹ ਦਾਤਰ ਵਾਲੇ ਨੇ ਕੀਤੀ? ਦਾਤਰ ਵਾਲੇ ਨੇ ਕੀਤੀ ਆ, ਤੇ ਜਿਹੜਾ ਦਾਤਰ ਵਾਲੇ ਨੇ ਤੇ ਜੋ ਐਲਸੀਡੀ ਤੋੜੀ ਆ, ਡੀਵੀਆਰ ਲਾਇਆ ਮਤਲਬ ਤਾਰਾਂ ਕੱਟ ਕੇ, ਤੇ ਕੈਮਰਾ ਤੋੜਿਆ, ਫੋਨ ਤੋੜਿਆ, ਤੇ ਜਿਹੜਾ ਖਾਲੀ ਹੱਥ ਸੀਗਾ ਉਹਨੇ ਫਰਿੱਜ ਦਾ ਸਮਾਨ ਸਾਰਾ ਖਿਲਾਰਿਆ, ਨਾਲ ਉਹਨੇ ਡਰੈਸਿੰਗ ਟੇਬਲ ਦਾ ਸਮਾਨ ਜੋ ਸੀ ਡਰੈਸਿੰਗ ਟੇਬਲ ਨੂੰ ਧੱਕਾ ਮਾਰ ਕੇ ਸੁੱਟ ਕੇ ਉਹ ਤੋੜ ਗਏ ਸਾਰਾ। ਕਿੰਨੇ ਕਿ ਚਿਰ ਚ ਸਾਰਾ ਕੁਝ ਹੋ ਗਿਆ? ਵੱਧ ਤੋਂ ਵੱਧ 2-3 ਮਿੰਟ ਵੀ ਨਹੀਂ ਲਾਏ ਹੋਣੇ ਉਹਨਾਂ ਨੇ, ਮਿੰਟੋ ਮਿੰਟੀ ਕਰਕੇ ਭੱਜ ਗਏ ਉਹ। ਸਰ ਇੱਥੋਂ ਤੁਸੀਂ ਵੇਖਿਆ ਨਹੀਂ ਕਿਹੜੇ ਪਾਸੇ ਗਏ ਹੋ? ਜੀ ਸਰ ਨਹੀਂ, ਮੈਂ ਥੋੜ੍ਹਾ ਜਿਹਾ ਲੋਬੀ ਦੇ ਦਰਵਾਜ਼ੇ ਤੱਕ ਹੀ ਆਈ ਹਾਂ, ਇਹਨਾਂ ਨੇ ਵੇਖਿਆ ਕਿ ਜਾ ਕੇ ਸਿਲਵਰ ਕਲਰ ਦਾ ਮੋਟਰਸਾਈਕਲ ਸੀਗਾ ਸਪਲੈਂਡਰ, ਉੱਥੇ ਜਾਂਦੇ ਮੈਂ ਉੱਥੋਂ ਤੱਕ ਵੇਖੇ, ਅੱਗੇ ਨਹੀਂ ਮੈਂ ਵੇਖੇ। ਹਾਂਜੀ, ਫਿਰ ਮੈਂ 112 ਨੰਬਰ 'ਤੇ ਰਿਪੋਰਟ ਉਹਨਾਂ ਨੇ ਲਿਖਵਾਈ। ਹਾਂਜੀ, ਫਿਰ ਮੁਲਾਜ਼ਮ ਘਰ ਆਏ ਸੀਗੇ, ਲੈ ਕੇ ਲੈ ਗਏ। ਤੇ ਬਾਕੀ ਜੋ ਵੀ ਇਨਸਾਫ, ਸਾਨੂੰ ਇਨਸਾਫ ਚਾਹੀਦਾ ਵਾ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਆਦਮੀਆਂ ਨੇ ਬਾਹਰ ਕਿਤੇ ਕੰਮ ਦੇ ਨੇੜੇ ਜਾਣਾ, ਬੱਚੇ ਵੀ ਚਲੇ ਜਾਂਦੇ, ਘਰ ਜਨਾਨੀਆਂ ਇਕੱਲੀਆਂ ਹੁੰਦੀਆਂ, ਇਸ ਤਰ੍ਹਾਂ ਭਾਅ ਜੀ ਬਹੁਤ ਮਾੜਾ ਵਾ, ਜਨਾਨੀ ਦਾ ਰਹਿਣਾ ਬਹੁਤ ਮੁਸ਼ਕਲ ਆ ਘਰ ਦੇ ਵਿੱਚ। ਹਾਂਜੀ ਭਾਅ ਜੀ, ਕੀ ਗੱਲ ਹੋਈ? ਅਸੀਂ ਸਰ ਫਤਿਹਗੜ੍ਹ ਚੂੜੀਆਂ ਪੰਚਾਇਤ ਚੋਣ ਦੇ ਨੋਮੀਨੇਸ਼ਨ ਫਾਰਮ ਭਰਨ ਗਏ ਸੀ, ਤੇ 1:15 ਵਜੇ ਦੇ ਕਰੀਬ ਫੋਨ ਗਿਆ ਘਰੋਂ, ਬੇਟੇ ਨੇ ਫੋਨ ਕੀਤਾ ਵੀ ਮੈਨੂੰ ਅੰਮ੍ਰਿਤਸਰ ਥੋੜ੍ਹਾ ਕੰਮ ਆ ਅਤੇ ਮੈਂ ਚੱਲ ਜਾਂ, ਮਤਲਬ ਤੁਸੀਂ ਆ ਜਾਓਗੇ ਜਲਦੀ? ਅਸੀਂ ਹੈਗਾ ਵੀ ਤੂੰ ਚੱਲ ਜਾ। ਉਹ ਅਜੇ ਗਏ ਆ ਅਤੇ ਅਸੀਂ ਫਾਰਮ ਜਮ੍ਹਾਂ ਕਰਕੇ ਅਤੇ ਬਾਹਰ ਨਿਕਲੇ ਹੀ ਦਰਵਾਜ਼ੇ ਤੋਂ, ਅਤੇ ਉਹਨਾਂ 'ਚ ਨੂੰ ਘਰੋਂ ਫੋਨ ਚੱਲ ਗਿਆ ਵੀ ਇੱਦਾਂ ਇੱਦਾਂ 3 ਮਤਲਬ ਆਣ ਪਛਾਤੇ ਬੰਦੇ ਆਏ ਆ ਅਤੇ ਘਰ ਦੀ ਤੋੜ ਭੱਜ ਕਰ ਗਏ, ਚਲ ਗਏ ਆ ਸਮਾਨ, LCD ਵੀ ਤੋੜ ਗਏ ਆ, ਫੋਨ ਵੀ ਤੋੜ ਕੇ ਗਏ ਆ, ਹੋਰ ਡਰੈਸਿੰਗ ਟੇਬਲ ਸੀ ਉਹ ਵੀ ਤੋੜ ਕੇ ਗਏ ਆ, ਅਤੇ ਫਰਿੱਜ ਸਮਾਨ ਜਿਹੜਾ ਸੀ ਉਹ ਵੀ ਤੋੜ ਕੇ ਗਏ ਆ। ਜਾਂਦੇ ਜਾਂਦੇ ਇਹਨਾਂ ਨੇ ਕਿਹਾ ਮਿਸਟਰ ਜੀ ਨੇ ਵੀ ਧਮਕੀ ਵੀ ਦੇ ਕੇ ਗਏ ਆ ਵੀ ਜੇ ਤੁਸੀਂ ਕੋਈ ਪੁਲਿਸ ਨੂੰ ਰਿਪੋਰਟ ਲਿਖਾਓਗੇ ਜਾਂ ਹੋਰ ਕੋਈ ਕਿਸੇ ਨੂੰ ਦੱਸੋਗੇ ਤਾਂ ਤੁਹਾਡੇ ਬੱਚੇ ਦਾ ਵੀ ਅਸੀਂ ਨੁਕਸਾਨ ਕਰਾਂਗੇ, ਤਾਂ ਅਸੀਂ 2-4 ਦਿਨਾਂ ਤੱਕ ਫਿਰ ਆਵਾਂਗੇ। ਅਤੇ ਅਸੀਂ ਇਹੀ ਇਨਸਾਫ ਚਾਹੁੰਦੇ ਹਾਂ ਵੀ ਪੁਲਿਸ ਕੋਲ ਵੀ ਇਨਸਾਫ ਚਾਹੁੰਦੇ ਹਾਂ ਵੀ ਸਾਨੂੰ ਜੋ ਵੀ ਆ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ। ਕੁਛ ਨੀ ਖੜਿਆ ਜੀ, ਲੁੱਟ ਕੇ ਕੁਛ ਨੀ ਖੜਿਆ। ਹਾਂ, DVR ਲਾ ਕੇ ਲੈ ਗਏ ਆ, ਉਹ ਦਾਤਰ ਨਾਲ ਲਾ ਕੇ ਲੈ ਗਏ ਤਾਰਾਂ ਵੱਢ ਕੇ, ਉਹ DVR ਵੀ ਜਾਂਦੇ ਜਾਂਦੇ ਲਾ ਕੇ ਲੈ ਗਏ ਆ। ਫਿਰ ਜੇ ਲਟੇਰੇ ਹੁੰਦੇ ਕੁਛ ਤੇ ਖੜਦੇ, ਫਿਰ ਕੌਣ ਹੋ ਸਕਦੇ ਲੋਕ? ਇਹ ਇਹੀ ਸਰ ਹੋ ਸਕਦੇ ਵੀ ਪੰਚਾਇਤ ਚੋਣ ਚ ਅਸੀਂ ਮੈਂਬਰੀ ਦੇ ਮਤਲਬ ਫਾਰਮ ਭਰਨ ਡੇ ਹਾਂ ਵੀ ਇਹ ਕਿਉਂ ਮਤਲਬ ਭਰਨ ਡੇ ਆ, ਵੀ ਇਹ ਡਰਦੇ ਮਤਲਬ ਚੁੱਪ ਕਰ ਜਾਣ ਬਹਿ ਜਾਣ, ਤੇ ਇਹ ਪੰਚਾਇਤ ਚੋਣਾਂ ਦਾ ਹੀ ਚੱਕਰ ਚੱਲਣ ਡਿਆ ਜੀ। ਲਟੇਰੇ ਹੁੰਦੇ ਤੇ ਕੋਈ ਹੋਰ ਵੀ ਸਮਾਨ ਖੜ ਸਕਦੇ ਸੀ, ਤੇ ਕੋਈ ਸਮਾਨ ਮੰਗਦੇ ਇਹਨਾਂ ਕੋਲ ਵੀ, ਮਿਸਰੀ ਵੀ ਘਰ ਹੀ ਇਹਨਾਂ ਕੋਲ ਵੀ ਆਉਂਦੇ ਵੀ ਇਹਨਾਂ ਵਾਲੀਆਂ ਪੰਜਾਂ ਇਹੋ ਹੀ ਆਉਂਦੇ ਵੀ ਇਹ ਵੀ ਲਾਹ ਕੇ ਦੇ ਦੇ ਸਾਨੂੰ, ਇਹ ਵੀ ਲੈ ਜਾਂਦੇ, ਪਰ ਉਹਨਾਂ ਨੇ ਕੋਈ ਚੋਰੀ ਵਾਲਾ ਕੋਈ ਸਮਾਨ ਨਹੀਂ ਕੋਈ ਵੀ ਖੜਿਆ, ਨਾ ਉਹਨਾਂ ਨੇ ਕੁਛ ਮੰਗਿਆ ਹੀ ਆ। ਤੁਹਾਡੇ ਮੈਂਬਰੀ ਲਈ ਨੋਮੀਨੇਸ਼ਨ ਹੋ ਗਏ, ਫਾਈਲ ਸਬਮਿਟ? ਹਾਂਜੀ ਹਾਂਜੀ, ਉਹ ਸਬਮਿਟ ਹੋ ਗਏ ਸਰ। ਹਾਂਜੀ ਭਾਜੀ, ਇਹ ਅੱਜ ਜੋ ਵੀ ਇਹ ਘਟਨਾ ਵਾਪਰੀ ਆ ਖਹਿਰਾ ਕਲਾਂ ਵਿੱਚ, ਜੋ ਹਰਦੀਪ ਸਿੰਘ ਜੀ ਦੇ ਡੇਰੇ 'ਤੇ ਵਾਪਰੀ ਆ, ਇਹ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਲਈ ਅਤੇ ਜਿਹੜੀਆਂ ਪੰਚਾਇਤ ਚੋਣਾਂ ਵਾ ਉਹਨਾਂ ਨੂੰ ਲੀਹੋਂ ਲਾਉਣ ਲਈ ਅਤੇ ਨਿਰਪੱਖਤਾ ਨਾਲ ਚੋਣ ਹੋਣ ਤੋਂ ਰੋਕਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਵਾ, ਕਿਉਂਕਿ ਇਹ ਬਖਲਾਹਟ ਦੀ ਨਿਸ਼ਾਨੀ ਆ ਅਤੇ ਕੁਛ ਤਾਕਤਾਂ ਨਹੀਂ ਚਾਹੁੰਦੀਆਂ ਕਿ ਜਿਹੜੀ ਲੋਕਤੰਤਰਿਕ ਢੰਗ ਦੇ ਨਾਲ ਜਿਹੜੀ ਆ ਇਲੈਕਸ਼ਨ ਆ ਉਹ ਸਿਰੇ ਚੜ੍ਹੇ, ਇਸ ਕਰਕੇ ਇਹ ਇਹਨਾਂ ਨੂੰ ਧਮਕਾਉਣ ਲਈ, ਡਰਾਉਣ ਲਈ ਅਤੇ ਪਿੰਡ ਵਿੱਚ ਇੱਕ
ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਗਈ ਕਾਰਵਾਈ ਆ, ਜਿਹਦੀ ਅਸੀਂ ਪੂਰੀ ਤਰ੍ਹਾਂ ਨਿੰਦਿਆ ਵੀ ਕਰਦੇ ਹਾਂ ਅਤੇ ਸਰਕਾਰ ਕੋਲੋਂ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਹਾਂ ਕਿ ਜਿੱਥੇ ਨਿਰਪੱਖ ਚੋਣਾਂ ਹੋਣ ਨੂੰ ਯਕੀਨੀ ਬਣਾਵੇ ਉੱਥੇ ਪਿੰਡਾਂ ਵਿੱਚ ਖਾਸ ਤੌਰ 'ਤੇ ਡੇਰਿਆਂ ਵਿੱਚ ਰਹਿ ਰਹੇ ਲੋਕਾਂ ਦੀ ਜਾਨ ਅਤੇ ਮਾਲ ਦੀ ਜਿਹੜੀ ਆ ਹਿਫਾਜ਼ਤ ਕਰੇ, ਤਾਂ ਕਿ ਉਹ ਬੜੇ ਆਪਣਾ ਕਿਸੇ ਡਰ ਭੈ ਤੋਂ ਬਗੈਰ ਆਪਣੀ ਵੋਟ ਦਾ ਆਪਣੇ ਹੱਕਾਂ ਦਾ ਇਸਤੇਮਾਲ ਕਰ ਸਕਣ।